अरे हट जाता पाछे ने। मतलब थोड़ा भी फिर जेड़ा पानी पुनी दा कोई रौला, तुसी भी उधर उधर होंगे फिर साडे वाले पासे। एक स्टैंड स्पष्ट करो, ਤੇ ਤੁਸੀਂ 4 ਲੀਟਰ ਵੱਧ ਪੀ ਜਾਓਗੇ ਤਾਂ ਸਾਨੂੰ ਘੱਟ ਮਿਲ ਜੇ ਤਾਂ ਵੀ ਕੋਈ ਗੱਲ ਨਹੀਂ। ਨਹੀਂ ਪਰ ਕਲਾਕਾਰ ਤਾਂ ਗੀਤਾਂ ਦੇ ਵਿੱਚ ਕਹਿੰਦੇ ਆ ਵੀ ਜੱਟ ਦੀ ਚੜ੍ਹਾਈ ਬਹੁਤ ਆ, ਜੱਟ ਨੂੰ ਤਾਂ ਕਿਸੇ ਚੀਜ਼ ਦੀ ਫਿਕਰ ਨਹੀਂ, ਟੈਨਸ਼ਨ ਨਹੀਂ, ਉਹ ਤਾਂ ਮੌਜਾਂ ਕਰਦਾ ਬਾਈ। ਆਈ ਆ ਹੁੱਕਾ ਜਿਹਾ ਵੀ ਆਈ ਲੱਗਿਆ ਹੁੰਦਾ ਉਹ, ਤੁਸੀਂ ਤਾਂ ਨਹੀਂ ਪੀਤਾ ਪੂਤਾ ਕਦੇ? ਜਿੱਥੇ ਹੁੱਕਾ ਹੋਊਗਾ ਨਾ ਉੱਥੇ ਬੰਦੇ ਹੋਣਗੇ। ਅੱਛਾ, ਜਿੱਥੇ ਹੁੱਕਾ ਨਹੀਂ ਉੱਥੇ ਬੰਦੇ ਨਹੀਂ ਬਹਿੰਦੇ। ਉਧਰ ਵਿਆਹ ਵੀ ਬਾਈ ਬਹੁਤ ਮਤਲਬ ਹੁੰਦੇ ਆ, ਜਿਵੇਂ ਮੈਂ ਦੇਖਦਾ ਹੁੰਦਾ ਵੀ ਪ੍ਰਾਂਤਾਂ 'ਚ ਭਰ ਭਰ ਕੇ ਪੈਸੇ ਦਿੰਦੇ ਆ, ਬਹੁਤ ਪੈਸਾ ਹਰਿਆਣੇ ਵਾਲਿਆਂ ਕੋਲ। ਤੁਹਾਡੇ ਦਾਦਾ ਜੀ ਕਵੀਸ਼ਰੀ ਕਰਦੇ ਸੀ, ਸਿੱਖਿਜ਼ਮ ਦੇ ਨਾਲ ਜੁੜੇ ਸੀ, ਹਾਂਜੀ ਹਾਂਜੀ, ਪਰ ਤੁਹਾਡੇ ਮਨ ਦੇ ਵਿੱਚ ਨਹੀਂ ਆਇਆ ਵੀ ਕਦੇ ਪੱਗ ਬੰਨ ਕੇ ਗਾਇਕੀ ਵਾਲੇ ਪਾਸੇ ਆਇਆ ਜਾਵੇ? ਇਹ ਬਹੁਤ ਕਹਿੰਦੇ ਆ ਜਿਹੜੇ ਬਾਹਰੋਂ ਆਉਂਦੇ ਆ ਕਲਾਕਾਰ, ਉਹਨਾਂ ਕੋਲ ਬੜੇ ਪੈਸੇ ਹੁੰਦੇ ਆ, ਇੱਧਰ ਫਿਰ ਉਹ ਛਿੱਲ ਪਟਾ ਕੇ ਜਾਂਦੇ ਆ। ਚੰਗੇ ਯਾਰ, ਜਿਹੜੇ ਬਾਹਰੋਂ ਆਉਂਦੇ ਆ ਮਾਈਕ ਸਾਹਮਣੇ ਬਹੁਤ ਕਹਿੰਦੇ ਅਸੀਂ ਪੰਜਾਬ ਨਾਲ ਮੂੰਹ ਆ, ਫਿਰ ਪੰਜਾਬ ਛੱਡਦੇ ਕਿਉਂ? ਅਜੇ ਇੰਨਾ ਹੀ ਮੂੰਹ ਆ। ਦੂਜਾ ਵੀ ਚੱਲਦਾ ਮਾਲ ਜਿਹੜਾ ਬਾਰਡਰੋਂ ਪਾਰ ਵਾਲਾ ਕੰਮ, ਉੱਧਰ ਵੀ ਕਦੇ ਕਿਸੇ ਨੇ ਕਿਹਾ ਵੀ ਯਾਰ ਕਲਾਕਾਰ ਹੋ ਤੁਹਾਡੀ ਕਿਹੜਾ ਗੱਡੀ ਕਿਸੇ ਨੇ ਪੁੱਛਣੀ ਆ? ਕਲਾਕਾਰ ਵੀ ਬਹੁਤ ਸ਼ੌਕੀਨ ਹੁੰਦੇ ਆ ਕਾਲੇ ਮਾਲ ਦੇ ਕਿ ਨਹੀਂ? ਕਈ ਹੁੰਦੇ ਆ, ਉਹ ਰਾਜਸਥਾਨ ਦਾ ਪ੍ਰੋਗਰਾਮ ਡੀਕਦੇ ਹੀ ਰਹਿੰਦੇ, ਕਦੋਂ ਆਊ ਜਿਵੇਂ ਟਰੱਕ ਡਰਾਈਵਰ ਡੀਕਦੇ ਵੀ ਉੱਧਰ ਗੇੜਾ ਕਦੋਂ ਆਊ। ਪਰ ਬਾਈ ਸਟੂਡੈਂਟਾਂ ਤੇ ਬਹੁਤ ਉੱਥੇ ਜਦੋਂ ਤੁਸੀਂ ਜਾਂਦੇ ਹੋ ਤੁਸੀਂ ਵੀ ਰਹਿੰਦੇ ਹੋ, ਇਲਜ਼ਾਮ ਲਾਉਂਦੇ ਨੇ ਵੀ ਇਹ ਸਫਾਈ ਨਹੀਂ ਰੱਖਦੇ, ਇਹ ਗੰਦ ਪਾਉਂਦੇ ਨੇ, ਇਹ ਇਦਾਂ ਕਰਦੇ ਨੇ, ਕੀ ਸੱਚੀ ਇੰਨੇ ਮਾੜੇ ਨੇ ਯਾਰ ਪੰਜਾਬੀ ਮੁੰਡੇ? ਮੈਨੂੰ ਤਾਂ ਲੱਗਦਾ ਨਹੀਂ ਐਵੇਂ ਦੀ ਕੋਈ ਗੱਲ ਹੈ। ਜਦੋਂ ਜਿਹੜਾ ਬੱਚਾ ਪਲੱਸ ਟੂ ਕਰਕੇ ਗ੍ਰੈਜੂਏਸ਼ਨ ਕਰਕੇ ਗਿਆ, ਅੱਜ ਕੱਲ੍ਹ ਪੜ੍ਹੇ ਲਿਖੇ ਬੱਚੇ ਆ ਸਾਰੇ, ਜਦੋਂ ਇੱਕ ਬੱਚਾ ਕੋਈ ਸ਼ਰਟ ਟੀ ਸ਼ਰਟ ਉਹਨੂੰ ਸੋਹਣੀ ਨਾ ਲੱਗੇ ਜਾਂ ਉਹ ਪ੍ਰੈਸ ਨਾ ਹੋਵੇ, ਉਹ ਪਾਉਣ ਤੋਂ ਵੀ ਗੁਰੇਜ਼ ਕਰਦਾ, ਤਾਂ ਕੀ ਬੱਚਾ ਉਹ ਇੰਨਾ ਜਿਹੜਾ ਹੈ ਕਿਤੇ ਵੀ ਗੰਦ ਪਾਉਣ ਤੋਂ ਜਾਂ ਸਫਾਈ ਨਾ ਰੱਖਣ ਤੋਂ, ਇਹ ਹੋ ਸਕਦਾ? ਤੁਹਾਨੂੰ ਵੀ ਇਹ ਗੱਲਾਂ ਹੋ ਸਕਦੀਆਂ ਨਹੀਂ? ਇਹ ਕਿਉਂ ਫਿਰ ਆਪਣਿਆਂ ਨੂੰ ਹੀ ਆਪਣੇ ਜਿਹੜਾ ਭੰਡਣ ਤੇ ਲੱਗੇ ਹੁੰਦੇ ਨੇ, ਆਪਦੇ ਹੀ ਪੰਜਾਬੀ ਨੇ ਜਿਹੜੇ ਉੱਧਰ, ਕਈ ਮੁੰਡਿਆਂ ਦੀਆਂ ਅਸੀਂ ਵੀਡੀਓ ਵੀ ਤੁਸੀਂ ਵੀ ਦੇਖੀ ਜੀ 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 ਬਾਈ ਵੀ ਉਹ ਪਾਉਂਦੇ ਨੇ, ਕਿਉਂ ਫਿਰ ਉਹ ਪੰਜਾਬੀਆਂ ਨੂੰ ਫਿਰ ਪੰਜਾਬੀ ਤੇ ਖੁਸ਼ ਨਹੀਂ ਹੈਗੀ ਇਹ ਗੱਲ? ਬਿਲਕੁਲ ਹੈਗੀ ਹੈ ਗੱਲ, ਮੈਂ ਵੀ ਕਾਰਨ ਇਹੀ ਹੈ ਕਿ ਜਦੋਂ ਤੁਸੀਂ ਚਲੇ ਜਾਂਦੇ ਹੋ 10-20 ਸਾਲ ਲਾ ਕੇ ਸੈੱਟ ਹੋ ਜਾਂਦੇ ਹੋ, ਤੁਹਾਨੂੰ ਤੁਸੀਂ ਲੱਗਦਾ ਕਿ ਯਾਰ ਆਪਾਂ ਇਹਨਾਂ ਤੋਂ ਕੀ ਲੈਣਾ ਹੁਣ, ਹੈ ਨਾ, ਤੁਹਾਡੀ ਸੋਚ ਉਹ ਜੀ ਹੋ ਜਾਂਦੀ ਹੈ, ਉੱਥੇ ਅਸੀਂ ਗਲਤ ਹੋ ਜਾਂਦੇ ਹਾਂ ਨਾ, ਉੱਥੇ ਇਹ ਦਿਨ ਭੁੱਲ ਜਾਂਦੇ ਕਿ ਸਾਡਾ ਵੀ ਕੋਈ ਪਹਿਲਾ ਦਿਨ ਸੀ, 20 ਸਾਲ ਪਹਿਲਾਂ ਸਾਡਾ ਵੀ ਕੋਈ ਪਹਿਲਾ ਦਿਨ ਸੀ, ਅਸੀਂ ਵੀ ਕਿਰਾਏ 'ਤੇ ਰਹਿੰਦੇ ਸੀ, ਅਸੀਂ ਵੀ ਕਿਸੇ ਕੋਲ ਰੂਮ ਲੈਣ ਵਾਸਤੇ ਗਏ ਸੀ। ਖਾਸ ਕਰਕੇ ਉੱਥੇ ਵੱਡੀ ਦਿੱਕਤ ਆਉਂਦੀ ਜਿਹਨਾਂ ਦੇ ਬੱਚਿਆਂ ਨੂੰ ਰੂਮ ਹੀ ਨਹੀਂ ਦਿੰਦੇ, ਲੈ ਇਹ ਨਵੀਂ ਚੀਜ਼ ਦੇਖੀ ਹੈ ਲੈ ਕਿ ਤੁਹਾਡੇ ਬੱਚੇ ਨਹੀਂ ਹੈਗੇ। ਅੱਛਾ, ਉਹ ਲੋਕ ਮੈਂ ਕਹਿੰਦਾ ਇਨਸਾਨੀਅਤ ਤੋਂ ਮੁਨਕਰ ਹੋ ਜਾਂਦੇ ਆ। ਤੁਹਾਡੇ ਨਾਲ ਹੋਏ ਵਾਕਏ ਇਦਾਂ ਦੇ? ਮੈਂ ਕਹਿੰਦਾ ਆਮ ਹੀ ਅਸੀਂ, ਮੇਰੇ ਤਾਂ ਚਲੋ ਨਹੀਂ, ਪਰ ਮੈਂ ਫਰੈਂਡ ਸਰਕਲ ਦੇ ਵਿੱਚ ਆਮ ਹੀ ਗੱਲਾਂ ਦੇਖਣ ਸੁਣਨ ਨੂੰ ਮਿਲਦੀਆਂ ਉੱਥੇ, ਕਿਉਂਕਿ ਉੱਥੇ ਲੰਮਾ ਟਾਈਮ ਅਸੀਂ ਮੈਂ ਰਹਿੰਦਾ ਉੱਥੇ, ਤਾਂ ਆਮ ਹੀ ਚੀਜ਼ਾਂ ਦੇਖਣ ਨੂੰ ਮਿਲਦੀਆਂ। ਇੱਕ ਨਾ ਕੁੜੀਆਂ 'ਤੇ ਬਹੁਤ ਇਲਜ਼ਾਮ ਲੱਗਦਾ ਜੀ, ਪਤਾ ਨਹੀਂ ਉਹ ਅਕਸਰ ਸੋਸ਼ਲ ਮੀਡੀਆ 'ਤੇ ਵੀ ਅਸੀਂ ਦੇਖਦੇ ਹਾਂ ਉਂ ਵੀ ਕੁੜੀਆਂ ਡਸਟਬੀਨਾਂ 'ਚ ਚੂੜੇ ਸਿੱਟ ਜਾਂਦੀਆਂ ਨੇ, ਉੱਥੇ ਜਾਂਦੇ ਸਾਰ ਹੀ ਹੋਰ ਵਿਆਹ ਕਰਾ ਲੈਂਦੀਆਂ ਨੇ ਜੀ, ਕਿਉਂਕਿ ਪੰਜਾਬ ਦੀਆਂ ਕੁੜੀਆਂ ਅਣਖਾਂ ਦੇ ਵਿੱਚ ਪਲੀਆਂ ਹੁੰਦੀਆਂ ਨੇ, ਕੀ ਇੱਦਾਂ ਹੁੰਦਾ? ਅਕਸਰ ਹੁੰਦਾ ਬਾਈ ਜੀ, ਹੁੰਦਾ ਹੁੰਦਾ, ਉਹਦੇ ਵਿੱਚ ਥੋੜ੍ਹਾ ਜਿਹਾ ਪਰਿਵਾਰ ਵੀ ਆਪਣਾ ਕਸੂਰਵਾਰ ਹੁੰਦਾ। ਜਦੋਂ ਆਪਾਂ ਕਿਸੇ ਚੀਜ਼ ਨੂੰ ਪਾਉਣ ਦੇ ਲਈ ਕੋਈ ਗਲਤ ਰਸਤਾ ਚੁਣਦੇ ਹਾਂ ਤਾਂ ਅੱਗੇ ਜਾ ਕੇ ਤਾਂ ਫਿਰ ਬੱਚੇ ਨੇ ਉਹੀ ਕਰਨਾ ਨਾ ਜਿਹੜਾ ਉਹਨੂੰ ਸਿਖਾ ਕੇ ਭੇਜਿਆ, ਜਿਹੜੀ ਚਾਬੀ ਭਰ ਕੇ ਤੋਰੀ ਹੈ ਤਾਂ ਉਹੀ ਉਹੀ ਕੁਛ ਕਰਨਾ ਬੱਚੇ ਨੇ ਤਾਂ ਜਾ ਕੇ। ਜੋ ਹਾਂ, ਪੈਸਿਆਂ ਪਿੱਛੇ ਹੋ ਰਿਹਾ ਸਾਰਾ ਕੁਛ, ਕਿਤੇ ਨਾ ਕਿਤੇ ਬਾਈ ਪੈਸਿਆਂ ਲਈ ਹੋ ਰਿਹਾ, ਪੈਸਿਆਂ ਲਈ ਜਾਂ ਆਪਣਿਆਂ ਨੂੰ ਬਾਹਰ ਭੇਜਣ ਦੇ ਲਈ, ਆਪਣਿਆਂ ਨੂੰ ਬਾਹਰ ਭੇਜਣ ਲਈ। ਤੁਸੀਂ ਦੇਖ ਹੀ ਰਹੇ ਹੋ ਕਿਹੜੇ ਰਿਸ਼ਤੇ 'ਚ ਵਿਆਹ ਕਰ ਦਿੰਦੇ ਆ ਤੇ। ਅੱਛਾ, ਤੁਹਾਡੇ ਸਾਹਮਣੇ ਵੀ ਕੋਈ ਕੇਸ ਆਇਆ ਜਿਵੇਂ ਅੱਜ ਕੱਲ੍ਹ ਖਬਰਾਂ 'ਚ ਵੀ ਬਹੁਤ ਹੁੰਦਾ ਵੀ 70 ਸਾਲ ਦੇ ਬਾਬੇ ਦੇ ਨਾਲ ਕੁੜੀ ਵਿਆਹ ਦਿੰਦੇ ਆ ਬਾਹਰ ਵਾਲੇ, ਇੱਦਾਂ ਦੇ ਤੁਹਾਡੇ ਸਾਹਮਣੇ ਵੀ ਕੁਝ ਨਜ਼ਰ ਪਏ ਬੰਦੇ? ਹਾਂ ਬਿਲਕੁਲ ਪਏ, ਬਿਲਕੁਲ ਹੈਗੇ ਐਵੇਂ, ਬਿਲਕੁਲ ਹੈਗੇ, ਉਮਰ ਦਾ ਫਰਕ ਨਹੀਂ ਦੇਖਦੇ ਤੁਸੀਂ, ਮਤਲਬ ਇੱਕ ਹੈ ਕਿ ਬਾਹਰ ਵਗ ਜੇ ਬਸ, ਅਸੀਂ ਪਹੁੰਚ ਜਾਈਏ ਇੱਕ ਵਾਰੀ।